ਪੰਜਾਬ ਪ੍ਰਦੇਸ਼ ਵਿੱਚ ਪੰਜਾਬ ਪੁਲਿਸ ਦੇ ਆਮ ਜਨਤਾ ਦੇ ਪ੍ਰਤੀ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਆਰੋਪ ਲੱਗਣ ਦੇ ਮਾਮਲੇ ਸੁਰਖੀਆਂ ਵਿੱਚ ਰਹੇ ਹਨ। ਲੇਕਿਨ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਕਪੂਰਥਲਾ ਵਿੱਚ ਦੇਖਣ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਦੋਸਤ ਆਪਣੇ ਦੋਸਤ ਨੂੰ ਨਾਰਮਲ ਸਮੇਂ ਕਰੀਬ 8 ਵਜੇ ਦੇ ਕਰੀਬ ਮਾਲ ਰੋਡ ਕਪੂਰਥਲਾ ਵਿੱਚ ਮਿਲਣ ਆਇਆ। ਉਸ ਸਮੇਂ ਦੌਰਾਨ PCR ਕਪੂਰਥਲਾ ਦੇ ਇੰਚਾਰਜ ਸੁਰਜੀਤ ਸਿੰਘ ਪੱਤਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਉਹਨਾਂ ਲੜਕਿਆਂ 'ਤੇ ਬਿਨਾਂ ਕੋਈ ਗੱਲ ਪੁੱਛੇ ਬਿਨਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਤੋਂ ਲਾਠੀ ਨਿਕਾਲ ਕੇ ਪ੍ਰਹਾਰ ਕੀਤਾ। ਸਰ, ਮੈਂ ਲੋਅਰ ਮਾਲ ਦੇ ਬਾਹਰ ਬੈਠਾ ਸੀ, ਆਪਣੇ ਫਰੈਂਡ ਦੀ ਵੇਟ ਕਰਦਾ ਪਿਆ ਸੀ। ਮੇਰਾ ਫਰੈਂਡ ਰਹਿੰਦਾ ਰਾਜਾ ਲੋਅਰ ਮਾਲ, ਅਤੇ ਇਸ ਦੌਰਾਨ ਇੱਕ ਗੱਡੀ ਆਈ। ਮੈਂ ਸੋਚਿਆ ਰਸਤਾ ਪੁੱਛਣਾ, ਇਹਨਾਂ ਨੇ ਮੈਨੂੰ ਕੋਈ ਜਾਣਦਾ ਜਾਣਦਾ। ਉਹ ਕਾਰ 'ਚੋਂ ਉਤਰੇ ਅਤੇ ਮੈਨੂੰ, ਹਾਂਜੀ ਸਰ ਇੱਥੇ ਕੀ ਕਰਦਾ ਜੀ? ਮੈਂ ਕਿਹਾ ਮੈਂ ਆਪਣੇ ਫਰੈਂਡ ਦੀ ਵੇਟ ਕਰਦਾ ਅੰਕਲ। ਉਹਨਾਂ ਨੇ ਮੇਰੇ ਖਿੱਚ ਖਿੱਚ ਪੇੜ ਮਾਰਤੀ ਮੂੰਹ 'ਤੇ। ਮੈਂ ਕਿਹਾ ਸਰ ਗੱਲ ਕੀ ਹੋਈ ਹੈ ਕਿ ਕਿਉਂ ਤੁਸੀਂ ਮੇਰੇ ਚਪੇੜ ਮਾਰਦੇ ਹੋ? ਨਾਲ ਹੀ ਸਰ ਉਸ ਤੋਂ ਬਾਅਦ ਉਹਨਾਂ ਨੇ ਡਾਂਗ ਕੱਢ ਲਈ ਅੰਦਰੋਂ। ਦਾਰੂ ਉਹਨਾਂ ਨੇ ਫੁੱਲ ਪੀਤੀ ਹੋਈ ਸੀ, ਰੱਜੇ ਹੋਏ ਸੀ। ਕਪੂਰਥਲਾ ਤੋਂ ਸੱਜਣ ਖੋਸਲਾ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।